ਆ ਦੋਸਤੋ ਬੜਾ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਮੈਂ ਸਮਝਾਂਗਾ ਕਿ ਸਵਾਲ ਔਰ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਦੇ ਵਿਚਾਰ, ਉਹਨਾਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਜ਼ਰੂਰੀ ਨਹੀਂ ਕਿ ਜਿੰਨੇ ਲੋਕ ਇੱਥੇ ਬੈਠੇ ਨੇ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਮਨਜੀਤ ਸਿੰਘ ਜੀ ਕੇ ਜਾਂ ਜਿਹੜੀ ਪਾਰਟੀ ਦੀ ਇਹ ਪ੍ਰਤੀਨਿਧਤਾ ਕਰਦੇ ਨੇ ਉਹਨਾਂ ਨਾਲ ਮਿਲਦੇ ਹੋਣ। ਪਰ ਮਸਲਾ ਇਸ ਗੱਲ ਦਾ ਕਿ ਅਸੀਂ ਹਮੇਸ਼ਾ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਗੱਲ ਕੀਤੀ ਹੈ ਕਿ ਜੇਕਰ ਸੁੱਚੇ ਸ਼ਬਦਾਂ ਦੇ ਵਸਤਰ ਪਵਾ ਕੇ ਕੋਈ ਵੀ ਸਵਾਲ ਕੀਤਾ ਜਾਵੇ, ਕੋਈ ਵੀ ਡਿਬੇਟ ਕੀਤੀ ਜਾਵੇ, ਕੋਈ ਵੀ ਗੱਲਬਾਤ ਕੀਤੀ ਜਾਵੇ ਤਾਂ ਉਸ ਨਾਲੋਂ ਵੱਡੀ ਖੂਬਸੂਰਤੀ ਜਿਹੜੀ ਹੈ ਉਹ ਕੋਈ ਵੀ ਨਹੀਂ ਹੁੰਦੀ। ਔਰ ਜੇਕਰ ਤੁਹਾਡਾ ਕੋਈ ਵੀ ਸਵਾਲ ਸਰਦਾਰ ਮਨਜੀਤ ਸਿੰਘ ਜੀ ਕੇ ਤੋਂ ਹੋਵੇ, ਤੁਸੀਂ ਉਹ ਵੀ ਪੁੱਛ ਸਕਦੇ ਹੋ ਔਰ ਤੁਹਾਨੂੰ ਮੌਕਾ ਹੋਏਗਾ ਉਹ ਸਵਾਲ ਪੁੱਛਣ ਦਾ ਵੀ। ਸਰਦਾਰ ਮਨਜੀਤ ਸਿੰਘ ਜੀ ਕੇ ਜੀ, ਗੱਲ ਇੱਥੇ ਰੈਡੀਕਲ ਗਰੁੱਪ ਜਿਨ੍ਹਾਂ ਨੂੰ ਕਹਿੰਦੇ ਨੇ, ਮੈਂ ਉਹਨਾਂ ਨੂੰ ਆਪਣੇ ਭਰਾ ਹੀ ਕਹਿੰਦਾ ਕਿ ਕੋਈ ਬਗਾਨੇ ਨਹੀਂ ਹੈ, ਮੇਰਾ ਮਕਸਦ ਕੋਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਇੰਨੀ ਖਲਕਤ ਸਾਡੀ ਇਕੱਠੀ ਕਰਕੇ ਨਿੰਦਣ ਦਾ ਨਹੀਂ ਹੈ। ਮੈਂ ਇੱਕ ਗੱਲ ਜ਼ਰੂਰ ਸਮਝਾਂਗਾ ਕਿ ਜੇਕਰ ਅਸੀਂ ਚਿੱਕੜ ਭਰੇ ਰਾਹਾਂ ਦੇ ਵਿੱਚ ਤੁਰੇ ਜਾ ਰਹੇ ਹਾਂ ਅਤੇ ਅਸੀਂ ਕਿਸ ਢੰਗ ਦੇ ਨਾਲ ਬਕਾਇਦਾ ਤੌਰ ਦੇ ਉੱਤੇ ਸਾਫ਼ ਸੁਥਰੇ ਰਾਹਾਂ ਦੇ ਵਿੱਚ ਆ ਜਾਈਏ ਤਾਂ ਜੋ ਕਿ ਅਸੀਂ ਰਿਸ਼ਤਿਆਂ ਦੀ ਪਰਿਕਰਮਾ ਨੂੰ ਘੱਟੋ ਘੱਟ ਪਵਿੱਤਰ ਰੱਖ ਸਕੀਏ, ਇੱਕ ਦੂਜੇ ਨੂੰ ਜਦੋਂ ਵੀ ਮਿਲਦੇ ਹੈ ਉਸ ਵੇਲੇ ਉਹ ਪਵਿੱਤਰਤਾ ਕਾਇਮ ਰਹਿ ਸਕੇ, ਜੇਕਰ ਕਿਸੇ ਦੇ ਵਿਚਾਰ ਵੱਖਰੇ ਨਹੀਂ ਅਤੇ ਉਹਨਾਂ ਦਾ ਵੱਖਰੇ ਵਿਚਾਰਾਂ ਦਾ ਪ੍ਰਗਟਾਵਾ ਹੋਵੇ। ਪਰ ਅਕਸਰ ਮੈਂ ਇਹ ਦੇਖਿਆ ਕਿ ਜਦੋਂ ਵੀ ਇਹ ਗੱਲ ਹੁੰਦੀ ਹੈ ਤੁਹਾਡੇ ਉੱਤੇ, ਤੁਹਾਡੀ ਜਿਹੜੀ ਵਿਰੋਧਤਾ ਹੈ ਉਹਦੇ ਵਿੱਚ ਇਹ ਗੱਲ ਹੁੰਦੀ ਹੈ, ਤੁਸੀਂ ਸਿੱਖ ਵਿਰੋਧੀ ਹੋ, ਤੁਸੀਂ ਗਦਾਰ ਹੋ, ਤੁਸੀਂ ਇਹ ਹੋ, ਮਤਲਬ ਇਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਗਟਾਵਾ ਹੁੰਦਾ, ਇਹ ਕੀ ਇਹ ਸਿਰਫ ਅਤੇ ਸਿਰਫ ਇਸੇ ਕਰਕੇ ਹੁੰਦਾ ਕਿ ਤੁਸੀਂ ਅਕਾਲੀ ਦਲ ਬਾਦਲ ਦੇ ਨਾਲ ਸੰਬੰਧਿਤ ਹੋ ਜਾਂ ਕੋਈ ਹੋਰ ਵੀ ਕਾਰਨ ਤੁਹਾਨੂੰ ਨਜ਼ਰ ਆ ਰਹੇ ਨੇ? ਦੇਖੋ, ਇਹਨਾਂ ਚੀਜ਼ਾਂ ਦਾ ਸਰਟੀਫਿਕੇਟ ਇਹਨਾਂ ਲੋਕਾਂ ਤੋਂ ਨਹੀਂ ਚਾਹੀਦਾ। ਸਿਆਸਤ ਦੇ ਵਿੱਚ ਵਿਰੋਧ ਹੁੰਦਾ, ਅਸੀਂ ਵੀ ਲਗਾਵਾਂਗੇ ਇਲਜ਼ਾਮ, ਉਹ ਵੀ ਸਾਡੇ 'ਤੇ ਲਗਾਉਣਗੇ ਜੀ। ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਵੱਡੀ ਕਚਹਿਰੀ ਜਿਹੜੀ ਹੈ ਉਹ ਜਨਤਾ ਦੀ ਹੁੰਦੀ ਹੈ। ਬਾਦਲ ਸਾਹਿਬ 'ਤੇ ਇਲਜ਼ਾਮ ਲੱਗਦੇ ਨੇ ਪਰ 5 ਵਾਰੀ ਮੁੱਖ ਮੰਤਰੀ ਬਣ ਕੇ ਆਏ ਨੇ, ਗਲਤੀਆਂ ਵੀ ਕੀਤੀਆਂ ਹੋਣਗੀਆਂ, ਗਲਤੀਆਂ ਦਾ ਨਤੀਜਾ ਵੀ ਭੁਗਤਿਆ, ਹਾਰੇ ਵੀ ਹੋਣਗੇ। ਸਾਡੇ 'ਤੇ ਇਲਜ਼ਾਮ ਲੱਗਦੇ ਨੇ, ਸਾਡੀਆਂ ਇਲੈਕਸ਼ਨਾਂ ਆਉਂਦੀਆਂ ਨੇ, 2 ਇਲੈਕਸ਼ਨਾਂ ਆਈਆਂ। 2008 'ਚ ਮੈਨੂੰ ਦਿੱਲੀ 'ਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ। ਪਿਛਲੇ 20 ਸਾਲਾਂ 'ਚ ਅਸੀਂ 1 MLA ਨਹੀਂ ਜਿਤਾ ਸਕੇ ਸੀਗੇ, ਐਤਕੀ ਪਿਛਲੇ ਸਾਲਾਂ 'ਚ ਅਸੀਂ 4 MLA ਜਿਤਾ ਚੁੱਕੇ ਹਾਂ, ਮਤ ਪਿਛਲੇ 50 ਸਾਲਾਂ 'ਚ। ਪਿਛਲੇ 20 ਸਾਲਾਂ 'ਚ 1 ਵੀ MLA ਨਹੀਂ ਜਿੱਤਿਆ ਸੀਗਾ। ਦਿੱਲੀ ਗੁਰਦੁਆਰਾ ਕਮੇਟੀ ਦਾ ਮੈਂ ਤੁਹਾਨੂੰ ਦੱਸਿਆ, 2013 ਦੀ ਚੋਣ ਦਾ ਨਤੀਜਾ, ਹੁਣ ਦੀ ਚੋਣ ਦਾ ਨਤੀਜਾ, ਕਾਰਪੋਰੇਸ਼ਨ ਦੀਆਂ ਚੋਣਾਂ ਦੀ ਗੱਲ। ਮੈਂ ਸਮਝਦਾ ਕਿ ਜਦੋਂ ਉਸ ਕਚਹਿਰੀ 'ਚੋਂ ਅਸੀਂ ਪਾਸ ਹੋ ਕੇ ਆ ਗਏ ਆ, ਇਹ ਇਲਜ਼ਾਮ ਇਰੈਲੀਵੈਂਟ ਹੋ ਜਾਂਦੇ ਆ। ਤੁਸੀਂ ਹੁਣੇ ਬ੍ਰੇਕ ਦੇ ਵਿੱਚ ਮੇਰੇ ਨਾਲ ਗੱਲ ਕੀਤੀ ਸੀਗੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਜੀ, ਕਿ ਬਈ ਬਰਗਾੜੀ ਦੇ ਉੱਤੇ ਤੁਹਾਨੂੰ ਕਿਹਾ ਜਾਂਦਾ ਗੁਰੂ ਗ੍ਰੰਥ ਸਾਹਿਬ ਦਾ। ਪਹਿਲੀ ਤਾਂ ਗੱਲ ਇਹ, ਮੈਂ ਤੁਹਾਡੇ ਸਾਹਮਣੇ ਬੈਠਾ ਵਾਂ, 1984 'ਚ ਮੇਰੇ ਉੱਤੇ NSA ਲਾਉਂਦੇ ਨੇ, 1985 'ਚ ਮੈਨੂੰ ਬੰਬ ਕੇਸ 'ਚ ਫਸਾਇਆ ਜਾਂਦਾ। ਮੈਂ ਤੁਹਾਨੂੰ ਦੱਸਿਆ ਮੇਰਾ ਪਾਸਪੋਰਟ ਇੰਪਾਊਂਡ ਹੁੰਦਾ, ਮੈਂ ਅੰਦਰ ਹੋ ਜਾਂਦਾ ਵਾਂ, ਮੈਂ ਵੀ ਤੁਹਾਡੇ ਅੰਗਰ NRI ਹੋਣਾ ਸੀ। 6 ਸਾਲ ਲੱਗਦੇ ਨੇ ਮੁਕੱਦਮੇ ਖਤਮ ਹੋਣ ਨੂੰ, ਰਿਪੋਰਟ ਆਈ ਹੈ ਨਾ ਜੀ, ਰਿਪੋਰਟ ਆਈ ਹੈ, ਉਹਦਾ ਨਿਪਟਾਰਾ ਹੋਏਗਾ। ਚਲੋ ਮੈਂ ਮੰਨ ਲਿਆ ਕਿ ਬਰਗਾੜੀ ਜਿਹੜੀ ਹੈ ਉਹ ਸਾਡੇ ਜ਼ਿੰਮੇ ਪਾਤੀ ਤੁਸੀਂ। ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ, ਜਦੋਂ ਬਰਗਾੜੀ ਨਹੀਂ ਸੀ ਕੀ ਉਦੋਂ ਤੁਸੀਂ ਸਹਿਜ ਸ਼ਬਦ ਯੂਜ਼ ਕਰ ਰਹੇ ਸੀ ਸਾਡੇ ਵਾਸਤੇ? ਬਰਗਾੜੀ ਤਾਂ ਹੁਣ 1.5 ਸਾਲ ਦੀ ਗੱਲ ਹੈ ਨਾ, ਉਸ ਤੋਂ ਪਿਛਲੇ 10 ਸਾਲਾਂ ਦਾ ਮੇਰੇ ਕੋਲ ਰਿਕਾਰਡ ਲੈ ਆਉਣਾ। ਤੁਸੀਂ ਕੀ ਕਰਦੇ ਸੀ? ਤੁਸੀਂ ਪੱਗਾਂ ਨਹੀਂ ਲਾਉਂਦੇ ਸੀ ਉਸ ਵੇਲੇ? ਤੁਸੀਂ ਉਸ ਵੇਲੇ ਗੱਡੀਆਂ ਦੇ ਮਗਰ ਨਹੀਂ ਭੱਜਦੇ ਸੀਗੇ? ਅਫਸੋਸ ਇਹ ਕਿ ਸਾਡਾ ਕੋਈ ਲੀਡਰ ਤੁਹਾਨੂੰ ਫੇਸ ਨਹੀਂ ਕਰਦਾ ਸੀ। ਮੈਂ ਹਰ ਜਗ੍ਹਾ ਤੁਹਾਨੂੰ ਫੇਸ ਕਰਾਂਗਾ, ਹਰ ਹਾਲਾਤ ਦੇ ਵਿੱਚ ਫੇਸ ਕਰਾਂਗਾ, ਕਿਉਂਕਿ ਮੈਨੂੰ ਪਤਾ ਮੈਂ ਕੌਮ ਦੇ ਕੰਮ ਕਰਕੇ ਆ ਰਿਹਾ ਵਾਂ। ਲਿਸਟ ਹੈ ਮੇਰੇ ਕੋਲ ਅੱਜ ਦੇ, ਕਈ ਮੈਨੂੰ ਪ੍ਰੋਗਰਾਮ ਚਾਹੀਦੇ ਨੇ, ਅਗਰ ਮੈਂ ਉਹਦੀ ਡਿਟੇਲ ਦੇਣੀ ਤੁਹਾਨੂੰ ਸ਼ੁਰੂ ਕਰਾਂ। ਕੁਛ ਥੋੜ੍ਹੀ ਜਿਹੀ ਡਿਟੇਲ, ਜਿਹੜੇ ਪੰਥਕ, ਮਤਲਬ ਬੰਦੇ ਪੰਥਕ ਕਹਿਣ ਵਾਲੇ ਲੋਕ ਨੇ, ਉਹਨਾਂ ਨੂੰ ਇਹ ਦੱਸ ਦਿੱਤਾ ਜਾਵੇ ਕਿ ਪੰਥਕ ਕੌਜ਼ ਕਿਹੜੇ ਕਿਹੜੇ ਤੁਸੀਂ ਕੀਤੇ ਨੇ? ਮੈਂ ਸਮਝਦਾ ਵਾਂ, ਜਿਵੇਂ ਤੁਹਾਨੂੰ ਫਾਂਸੀ ਦੀ ਗੱਲ ਕਹੀ ਕਿ ਜੇ ਕਨਵਰਜ਼ਨ ਹੋਈ ਹੈ, ਮੈਂ ਕੱਲ੍ਹ ਵੀ ਇੱਕ ਜ਼ਿਕਰ ਕੀਤਾ ਸੀਗਾ, ਮੈਨੂੰ ਯਾਦ ਹੈ ਮੈਂ ਕੈਨੇਡਾ ਗਿਆ, ਕੈਨੇਡਾ ਵੀ ਮੈਨੂੰ ਘੇਰਿਆ 5-7 ਬੰਦਿਆਂ ਨੇ, ਇਕੱਲਾ ਮੇਰੇ ਗੋਡੇ ਦਾ ਆਪਰੇਸ਼ਨ ਹੋਇਆ, ਮੈਂ ਸੋਟੀ ਲੈ ਕੇ ਤੁਰਦਾ ਪਿਆ, ਮੇਰੇ 'ਤੇ ਸਵਾਲਾਂ ਦੀ ਬੁਛਾਰ ਗੱਡੀ 'ਚ ਬਹਿਣ ਤੱਕ, ਉਹਨਾਂ 'ਚ ਭੈਣਾਂ ਵੀ ਸੀਗੀਆਂ, ਉਹਨਾਂ 'ਚ ਵੀਰ ਵੀ ਸੀਗੇ ਜਿਹੜੇ ਪੁੱਛ ਰਹੇ ਸੀ, ਬੜੇ ਕੱਬੇ ਸਵਾਲ ਪੁੱਛਦੇ ਸੀ, ਕੋਈ ਗੱਲ ਨਹੀਂ। ਮੈਂ ਉਦੋਂ ਵੀ ਸਾਰੀ ਗੱਲਾਂ ਦੇ ਜਵਾਬ ਦਿੱਤੇ ਸੀ ਇਹਨਾਂ ਨੂੰ। ਮੈਂ ਇਹ ਸਮਝਦਾ ਵਾਂ, ਭੁੱਲਰ ਸਾਹਿਬ ਦੇ ਪਰਿਵਾਰ ਨੂੰ ਮੈਂ ਮਿਲਿਆ, ਉਹਦੀ ਵਾਈਫ ਰੋ ਪਈ, ਉਹ ਆਖਦੀ ਵੀਰ ਜੀ ਤੁਸੀਂ ਕਿਸੇ ਤਰੀਕੇ ਭੁੱਲਰ ਸਾਹਿਬ ਨੂੰ ਬਾਹਰ ਕਢਾਓ। ਇਹ 2014 ਦੀ ਗੱਲ ਹੈ।
मैं क्या भैन जी भुल्लर साहब की सब तो पहली गल कि उन्होंने जी कन्वर्जन है माफ़ी जी डैथ सेंटेंस तो वह कराना और बाद कोशिश करेंगे बाहर भी लैके आवेंगे उन्होंने नाल भुल्लर साहब के मामा जी बैठे सके वो आखते ने वीर जी इतने सानू लोग कहते क्यों लड़ाई लड़ते पे हो वो फाए लगेगा तो साड़ा काम बनेगा ना तुसी ये चाहते हो कि भगत सिंह तो जम्मे मेरे घर ना जम्मे गुआंढी के घर जम्मे क्या बात बहुत अच्छी गल गल समझते हो जी तुसी कौम का पनीरी मरवाने की कोशिश कर रहे हो फिर तुसी उस पास कौम को धक रहे हो जे चो लभना कुछ नहीं मैं कहना मैं खालिस्तान के इशू पर आ जाता साडा स्टैंड कित्थे है खालिस्तान के कश्मीर के मुकाबले कश्मीर दे विच अज जनगणना करा दिती जावे प्लेबिसाइट करा दिता जावे 80% खलकत कश्मीर दी ए आखेगी कि हिंदुस्तान तो सानू वखरा होना भावे वो तबाह हो जान घर घर झंडे लगे हुए ने मैं कहना वो करा सके नहीं अपनी आबादी किन्नी है वो कश्मीर दे विच 80% ने साडी हिंदुस्तान च किड्डी आबादी है 2% तो थले और 2% दे विचों भी तुहाडे नाल मैं समझदा 2% जे 100 बंदे मैं गिणवा 2% तुहाडे नाल 5 बंदे नहीं हैगे उह पंजां च तुसीं वंडे होए हो पंजां दे विच दल खालसा कुछ कह रहा मान साहब कुछ कह रहे ने तुसीं कुछ कह रहे हो पहली गल तुसीं प्लेटफॉर्म ते आओ बनना कित्थे है बनाना किन्ने है बनन दा राह की है मैं समझदा तुहाडे कोल ना मैंडेट है तुसीं मैंडेट तो बगैर बना लोगे कश्मीरी नहीं बना सके इन्ना कुछ होण तो बाद पाकिस्तान की फंडिंग तो बाद असी जेलों के बैठे लोगों ने लड़े हैं असी 1984 दियाँ हज़ार विडोज़ तो उत्ते दिल्ली दियाँ और प्लस 250 विडोज़ बाहर लियाँ हर महीने पेंशन देने असी उन्होंने उन्होंने बच्चों की एजुकेशन देने असी इस तो इलावा जे धर्म प्रचार की गल कर लीए जो धर्म प्रचार दिल्ली की स्टेज तो हो रहा मेरे तो पहले भी तो प्रधान से ना वह सिखा के कातलों को बुला के सरोपे देंदे सी मैं पिछले 50 साल का मैं ऑन रिकॉर्ड अज मैं सवाल कर रहा मनु यह पूछा जाए कोई पोलीटिकल लीडर मैं स्टेज पर बुला के ऑनर किया गुरपुरबा से वह भी छड़ दौ कभी सुखबीर सिंह बादल तो प्रकाश सिंह बादल मेरी स्टेज पर देखिया तुम जे किसी समागम च आया तो सुखबीर सिंह बादल थले बह के संगत दे वापस चले गया स्टेज पर नहीं आया मैं तो स्टेजा वरतनिया चाहिए लाइव टीवी चलते हैं मेरे मैं समझता कि असी सियासत को अपने गुरु घर चो बाहर रखे सज्जन कुमार के टाइटलर पोलीटिकली एलीमिनेट करने वाला कौन है सच की दीवार बनाने वाला कौन है अफगानिस्तान के सिखा का मसला हल कराने वाला कौन है शिलोंग दे विच करफ्यू लग जाता है इतने सोशल मीडिया चल रहा जी उत्थे गुरद्वारा साड़ता जी उत्थे 1500 सिख जनानियां भुखे बैठे जी उन्होंने घर साड़ते कुड़िया दे रेप हो गए रातों रात मैं सिरसा मेरे नाल कुलदीप सिंह भोगल परमजीत सिंह राणा इत्थे आए हैं असी करफ्यू लग हाँ कमाल की गल सुनो गुवाहाटी असी उतरते हैं गुवाहाटी असाम च पैंदा है असाम के नाल जिहड़ा सूबा मेघालय है और शिलोंग मेघालय च पैंदा उत्थों 3 घंटे की ड्राइव है खालसे भी कमाल ने असी गुवाहाटी के एयरपोर्ट ते 9 बजे उतरते हैं 35-40 बंदे आते हैं जकारे छड़ते हैं हार पाते हैं की प्रोग्राम है जी इतने रुक रहे हो मैं कहने असी हुणे चलने कहिंदे उत्थे ते अग लगी पई है तुसीं हुणे चले जाओगे कोई ना कोई नुकसान हो जाएगा मैं क्या वीर जी गल सुनो ना तो मनजीत सिंह जी के कोई कोटा परमिट लसेंस लैन आया मेघालय सरकार तो ना मैं अपनी फैक्ट्री लाने आया मैं दसम पिता के काम चलिया और जे इस करफ्यू लगते च मेरे ते हमला होना है मैं वो वास्ते तैयार हाँ असी रातों रात उत्थे पहुँच जाने और सिख जिहड़े सानू सरोपे पा के घर नू तुर जाते हैं साडे नाल कोई नहीं तुरदा असी मैं ठेका तो असी लिया उसके बाद जवाब भी असी देने ने उन्होंने जवाब देने ने जेड़े पंथ की पिट छुरे मारते हैं जेड़े आपस सिखा की पग्गा लाते हो असी कौम की पग सिर ते जी लाने की कोशिश की असी बचाने की कोशिश कर रहे हैं तुसी साडियां पग्गा लाने की कोशिश कर रहे हो जी के साहब एक ब्रेक लेना पएगा मैनू और उस तो बाद मैं प्रतिक्रम जाणागा जी के साहब के इन कमां दे उत्ते जिहड़ा है वो समुचे रूप के विच पर असी जरूर लवांगे एक ब्रेक मिलदे एक छोटे जिहे ब्रेक तो बाद